ਇਹ ਮੰਨ ਲਓ ਕੱਲ ਦੇ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ DSP SHO ਪੱਟੀ SHO ਮੋਰ ਲਿਆਣ ਕੇ ਮੇਰੀਆਂ ਗੱਡੀਆਂ ਦਾ ਪਰਾ ਕਰ ਲਈ ਪਰਚਾ ਦਵਾ ਠੋਕ ਕੇ ਮੇਰੀਆਂ ਸਭ ਮੇਰੀਆਂ ਗੱਡੀਆਂ ਲੱਗਣ ਕਿੱਥੇ ਦੇਦੇ ਆ ਆੜੀਆਂ ਹਜ਼ਾਰ ਤੋੜ ਕੇ ਕਾਗਜ਼ੀ ਪੂਰੇ 4300 ਤੋਂ 1900 ਰੁਪਇਆ ਦੇਂਦੇ ਆ ਉਹ ਕਿੱਥੇ ਗਿਆ ਕਿਹੜਾ ਜਾਂਦਾ ਹੈ ਸਾਡੀ ਬੇਨਤੀ ਜੇ ਸਾਨੂੰ ਜਿਉਂਦਿਆਂ ਨੂੰ ਨਾ ਮਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਮੈਂ ਜੇ ਅਕਾਲੀ ਦਲ ਦੇ ਨਾਲ ਬਚ ਕੇ ਰਹੂਗਾ ਠੋਕ ਕੇ ਪਰਚਾ ਦੇਣਾ ਮੇਰੇ ਤੇ ਜੋ ਕਰਾਉਣਾ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਕਰਾ ਸਕਦੇ ਜੇ ਪਰ ਧੱਕਾ ਨਹੀਂ ਦੇਣਾ ਆੜੀਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲੋਂ ਲਾਲਜੀਤ ਭੁੱਲਰ ਸਰਵਨ ਸਿੰਘ ਧੁੰਨ ਜਿੱਥੇ ਜ਼ੋਰ ਲਾਉਣਾ ਹੀ ਲਾਲਾ ਮੈਂ ਇਤਰਾ ਰਹਿਣਾ ਹੀ ਮੈਂ ਵਿਰਸੇ ਵਲਟੋਏ ਦੇ ਨਾਲ ਹੀ ਉਹਦੇ ਨਾਲ ਰਹਿਣਾ ਹੀ ਜਿੱਥੇ ਜ਼ੋਰ ਲਾਉਣਾ ਹੀ ਲਾਲਾ ਪਰ ਆੜੀਓ ਸਾਹਿਬ ਇੱਕ ਮਿੰਟ ਅੱਜ ਦੀ ਤਰੀਕ ਚ ਜੇ ਮੈਂ ਕੁਛ ਖਾ ਕੇ ਮਰ ਗਿਆ ਤੂੰ ਜ਼ਿੰਮੇਵਾਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲੈਕ ਕਦੀ ਮੇਰੇ ਨਾ ਕਦੀ ਮੈਂ ਆਹ ਕਰਦਾ ਜੇ ਮੈਂ ਰੋਡ ਤੇ ਕੰਮ ਨਹੀਂ ਕਰ ਸਕਦਾ ਮੈਂ ਕੁਛ ਖਾ ਕੇ ਮਰੂ ਮੈਂ ਕੁਛ ਨੀ ਕਰਨਾ ਮੇਰਾ ਨਾਮ ਮਨਜੀਤ ਕੱਟਾ ਖੇਮ ਕਰਨੀਆ ਕੀ ਕਰੀਏ ਵੀਡੀਓ ਸਾਹਿਬ ਤੇ ਤੁਸੀਂ ਨੀ ਲਾਉਣ ਦਿੰਦੇ ਕਦੀ ਆਡੀਓ ਰੱਖ ਲੈ ਕਦੀ ਕੋਈ ਕੁੜੀ ਜਵਾ 2000 ਰੁਪਇਆ ਮੇਰੇ ਦਾ ਠੋਕ ਕੇ ਪਰਚਾ ਕਰਾਓ ਠੋਕ ਕੇ ਮੇਰਾ ਨਾਲ ਨਾਲ ਕਰਾਓ ਮੇਰੇ ਠੋਕ ਕਰਨਾ ਛਿੱਤਰ ਮਾਰਨਾ ਮੈਨੂੰ ਇੱਥੇ ਚੜ੍ਹ ਕੇ ਮਾਰੋ ਹਵਾ ਲੜਤ ਦੇਣਾ ਮੈਨੂੰ ਠੋਕ ਕੇ ਦਿਓ ਪਰਚਾ ਮੇਰੇ ਤੇ ਪਾਉਣਾ ਨਾਲ ਦਾ ਪਾਉਣਾ ਹੀਰੋਨ ਦਾ ਪਾਉਣਾ ਕਿੰਨਾ ਕਿਦਰ ਚੱਲੂਗਾ ਜਿਹੜਾ ਕਰਨਾ ਪਰ ਸਰਕਾਰਾਂ ਤੋਂ ਮੈਂ ਡਰਨ ਵਾਲਾ ਨਹੀਂ ਰਹੇ ਮੈਂ ਆਪਦਾ ਪਰਚਾ ਕਰਾਉਣਾ ਮੈਨੂੰ ਮਨਜ਼ੂਰ ਜੇ ਮੈਨੂੰ ਮੌਤ ਮਨਜ਼ੂਰ ਜੇ ਪਰ ਆੜੀਓ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੋ ਤੈਨੂੰ ਮੈਂ ਦੱਸਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਅੱਗੇ ਕਦੀ ਤੁਸੀਂ ਇੱਧਰ ਆਏ ਸੀ ਤੁਸੀਂ ਕਾਗਜ਼ ਪੂਰੇ 4300 ਰੁਪਇਆ ਰੇਟ ਆ ਬਾਕੀ ਕਿੱਥੇ ਆ 1900 ਰੁਪਇਆ ਦੇਂਦੇ ਉਹ ਵੀ ਨਹੀਂ ਤੇ ਮੇਰੀਆਂ ਗੱਡੀਆਂ ਦੇ ਲੱਗਣ ਨਹੀਂ ਦਿੰਦੇ ਮੈਂ ਕਿੱਧਰ ਜਾਵਾਂ ਮੈਂ ਖੀਰੀ ਮਰਨਾ ਹੈ 10 ਗੱਡੀਆਂ 10 ਗੱਡੀਆਂ ਕੀ ਗੱਲ ਕੀ ਹੋਈ ਗੱਲ ਮੇਰੀਆਂ ਸਰਕਾਰਾਂ ਨਾਲ ਮੈਂ ਵਟੋਆ ਸਾਉਣਾ ਹੈ ਇਹੋ ਗੱਲ ਆ ਗੱਡੀਆਂ ਜਾਣ ਕੇ ਨੱਚ ਪੈਣ ਦਾ ਸਾਹਮਣੇ ਜੇ ਇਹ ਮੇਰੇ ਤੇ ਪਰਚਾ ਵੀ ਠੋਕ ਕੇ ਦੇ ਸਕਦੇ ਜੇ ਸਾਡੀਆਂ ਗੱਡੀਆਂ ਪਰ ਇਸ ਤਰ੍ਹਾਂ ਨੀ ਹੋਣਾ ਮੈਂ ਮਰਨਾ ਮੈਨੂੰ ਮਨਜ਼ੂਰ ਆ ਮੈਂ ਆਪਦੇ ਬੱਚੇ ਪਾਲਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਡੀ ਮਿੰਟ ਜੇ ਸਾਨੂੰ ਨਾ ਤਾਂ ਗਰੀਬਾਂ ਨੂੰ ਨਾ ਤਾਂ ਇੱਕ ਮਿੰਟ ਮੇਰੀ ਬੇਨਤੀ ਸੁਣੋ ਇੱਕ ਮਿੰਟ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਪਹਿਲਾਂ ਮੇਰੇ ਤੇ ਨਜਾਇਜ਼ ਉਹ ਪਰਚਾ ਕੀਤਾ ਜੇ ਹੁਣ ਇਹ ਗੱਡੀਆਂ ਚਲਾਈਆਂ ਇਹ ਨਹੀਂ ਆ ਆਉਂਦੇ ਆ ਆਰਟੀਓ ਸਾਹਿਬ ਆਇਆ ਆ ਆਰਟੀਓ ਸਾਹਿਬ ਜੇ ਹੱਥ ਜੋੜ ਕੇ ਭਗਵੰਤ ਮਾਨ ਨੂੰ ਬੇਨਤੀ ਜੇ ਤਾਂ ਸਾਨੂੰ ਬਚਾਉਣਾ ਜੇ ਕਿਹੜਾ ਆਉਂਦਾ ਆਉਂਦੀ ਸਰਕਾਰ ਆ ਕਿੱਥੇ ਆਉਂਦਾ ਆਉਂਦੀ ਸਰਕਾਰ ਆ ਬੇਨਤੀ ਸਰ ਗੱਲ ਸੁਣੋ ਜਾਂ ਗੱਲ ਜੇ ਜਾਂ ਅਸੀਂ ਕੋਈ ਖਾ ਕੇ ਮਰ ਜਾਣਾ ਜੇ ਤੇ ਜਾਂ ਸਾਡੀਆਂ ਗੱਡੀਆਂ ਜੇ 43 ਜੇ ਆਉਂਦੇ ਨਾ ਕਾਗਜ਼ ਪੂਰੇ ਆ ਸਾਨੂੰ 4300 ਰੁਪਈਆ ਰੇਟ ਦੋ ਗੱਡੀਆਂ ਦਾ ਅਸੀਂ ਸਾਰੇ ਕਾਗਜ਼ ਪੂਰੇ ਕਰ ਲੈਂਦੇ ਆ ਪਰਚਾ ਗੱਡੀਆਂ ਕਾਗਜ਼ ਪੂਰੇ 4300 ਰੁਪਇਆ ਤੇਰੇ ਨਾਲ ਸੂਮੇ ਦਾ 200 ਰੁਪਇਆ ਦੇਣ ਦੇ ਮੇਰੀਆਂ ਗੱਡੀਆਂ ਡੱਕੀਆਂ ਪਰਸੋਂ 4 ਗੱਡੀਆਂ ਲਿਆਣ ਕੇ ਡੀਐਸਪੀ ਰਸਤੇ ਚੋਂ ਪੱਕੀ ਰਸਤੇ ਚੋਂ ਮੋੜ ਮੈਂ ਕੁਛ ਖਾ ਕੇ ਮਰੂਗਾ ਜੇ ਮੇਰੇ ਤੇ ਨਾ ਹੱਲ ਹੋਇਆ ਅੱਜ ਤੋਂ ਬਾਅਦ ਮੈਂ ਨੁਕਸਾਨ ਆਪਦਾ ਕੁਛ ਖਾ ਕੇ ਮਰੂਗਾ ਚੌਥੀ ਵੀਡੀਓ ਮੇਰੀਆਂ ਗੱਡੀਆਂ ਬੇੜਾ ਗਰਕ ਕਰਤਾ ਜੇ ਇੱਕ ਮੇਰੀ ਗੱਲ ਨੋਟ ਕਰ ਲਾ ਜੇ ਤੂੰ ਭਗਵੰਤ ਮਾਨ ਆ ਪੱਟੀ ਹਲਕਾ ਖੇਮਗਰ ਵਾਲੇ ਦਾ ਹਲਕੀ ਆ ਰੁਪਇਆ ਰੇਟ ਹੈ ਨਾ 1900 ਰੁਪਇਆ ਦੇਣ ਦਿਆ ਸੁੱਟ ਦੇ ਦਿਆ ਠੇਕੇਦਾਰ ਸਾਨੂੰ ਨੀ ਪਤਾ ਕਿਹੜਾ ਨਾ ਸਾਨੂੰ ਕਿਹਾ ਸਰਕਾਰ ਨਾ ਨਾ ਸਾਨੂੰ ਠੇਕੇਦਾਰ ਨਾ ਅਸੀਂ ਰੋਟੀਓ ਖਾਣੀ ਅਸੀਂ ਰੋਟੀ ਕਿੱਥੋਂ ਖਾਣੀ ਮੈਨੂੰ ਇੱਕ ਗੱਲ ਦੱਸੋ ਜੇ ਮੰਨ ਲਓ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀ ਐਸ